वाहेगुरु जी का खालसा वाहेगुरु जी की फतेह। मैं डॉक्टर गोलन सिंह तुहानू आयुर्वेदिक जड़ी बूटियां दी जान पहचान लगियां करवाउण तुहानू दिखाउणा वा। आयुर्वेदिक जड़ी बूटियां जिहड़ियां कि चंगी क्वालिटी दियां हैगियां जिहड़ियां असीं इस्तेमाल करदे आं अपनियां दवाइयां दे विच, नाले उहनां दी जान पहचान करवाउणा वा, नाले उहनां दे नां दसदा वा तुहानू। इह जिहड़ी बूटी आ इहदा नां बदारी कंध आ। आयुर्वेदिक जड़ी बूटियां दी जानकारी ਅਤੇ ਦੇਸੀ ਨੁਸਖੇ ਸਿੱਖਣ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਹਦਾ ਨਾਮ ਬਦਾਰੀ ਕੰਧ ਆ। ਇਹ ਜੜੀ ਬੂਟੀ ਦਾ ਨਾਮ ਆ ਸਤਾਵਰ। ਇਹ ਜੜੀ ਬੂਟੀਆਂ ਦੇਖੋ ਸਾਡੀਆਂ ਕਿੰਨੀਆਂ ਚੰਗੀ ਕੁਆਲਿਟੀ ਦੀਆਂ ਵਰਤਦੇ ਅਸੀਂ। ਇਹੋ ਜਿਹਾ ਸਤਾਵਰ ਮਾਰਕੀਟ ਦੇ ਵਿੱਚੋਂ ਬਹੁਤ ਘੱਟ ਲੱਭਦਾ ਵਾ। ਆਮ ਬੰਦੇ ਨੂੰ ਇਹੋ ਜਿਹੀਆਂ ਜੜੀ ਬੂਟੀਆਂ ਮਿਲਦੀਆਂ ਨੀਗੀਆਂ। ਹਾਂਜੀ, ਇਹ ਹੈਗੀ ਆ ਸਫੈਦ ਮੂਸਲੀ ਓਰੀਜਨਲ। ਇਹਦੀਆਂ ਬਹੁਤ ਕੁਆਲਿਟੀਆਂ ਆਉਂਦੀਆਂ ਵਾ। ਇਹ ਦੇਖੋ ਅਸਲੀ ਕੁਆਲਿਟੀ ਇਹੋ ਜਿਹੀ ਹੁੰਦੀ ਹੈ। ਇਹ ਹੈਗੀ ਆ ਸਫੈਦ ਮੂਸਲੀ ਤੇ ਬਹੁਤ ਇਹਦੀਆਂ ਕੁਆਲਿਟੀਆਂ ਹੁੰਦੀਆਂ ਵਾ। ਕੋਈ ਗਲੂਕੋਜ਼ ਤੋਂ ਤਿਆਰ ਕਰਦਾ ਵਾ, ਕੋਈ ਧੋ ਕੇ, ਕੋਈ ਲੂਣ ਦੇ ਨਾਲ ਧੋ ਕੇ, ਕੋਈ ਲੂਣ ਦੇ ਵਿੱਚ ਤਿਆਰ ਕਰਦਾ ਵਾ। ਇਸ ਤਰ੍ਹਾਂ ਬਹੁਤ ਸਾਰੀਆਂ ਜੜੀ ਬੂਟੀਆਂ ਜਿਹੜੀਆਂ ਡੁਪਲੀਕੇਟ ਤਿਆਰ ਹੁੰਦੀਆਂ ਵਾ, ਜਿਹੜੀਆਂ ਇਹੋ ਜਿਹੀਆਂ ਰੇਅਰ ਜੜੀ ਬੂਟੀਆਂ ਹੁੰਦੀਆਂ, ਕੀਮਤੀ ਜੜੀ ਬੂਟੀਆਂ ਹੁੰਦੀਆਂ ਜਿਹੜੀਆਂ। ਇਹ ਮੂਸਲੀ ਸਿੰਬਲ ਪਛਾਣ ਕਰੋ। ਇਹ ਜੜੀ ਬੂਟੀ ਦਾ ਨਾਮ ਆ ਮੂਸਲੀ ਸਿੰਬਲ। ਸਾਲਵ ਮਿਸ਼ਰੀ, ਬਹੁਤ ਕੁਆਲਿਟੀਆਂ ਹੁੰਦੀਆਂ ਇਹਦੀਆਂ ਵੀ। ਵੈਸੇ ਤਾਂ ਹਰ ਦਵਾਈ ਦੀਆਂ ਬਹੁਤ ਕੁਆਲਿਟੀਆਂ ਹੁੰਦੀਆਂ ਵਾ। ਸਾਲਵ ਮਿਸ਼ਰੀ, ਹਾਂਜੀ। ਇਹ ਕੋਚ ਬੀਚ, ਇਹ ਕੋਚ ਬੀਜ ਆ। ਇਹ ਕੋਚ ਬੀਜ ਕਾਲੇ ਆ, ਇੱਕ ਕੋਚ ਬੀਜ ਚਿੱਟੇ ਵੀ ਹੁੰਦੇ ਆ, ਇੱਥੇ ਪਏ ਹੋਣੇ ਆ। ਇਹ ਵੀ ਸਾਡੇ ਕੋਲ ਚੰਗੀ ਕੁਆਲਿਟੀ ਦੇ ਆ। ਇਹ ਦੇਖੋ, ਇਹ ਕੌਂਜ ਬੀਜ ਚਿੱਟੇ ਆ, ਇਹ ਕੌਂਜ ਬੀਜ ਕਾਲੇ ਆ। ਇਹਨਾਂ ਦੀ ਹੋਰ ਵੀ ਕਈ ਕੁਆਲਿਟੀਆਂ ਹੁੰਦੀਆਂ ਵਾ। ਕਾਲੇ ਕੌਂਜ ਬੀਜ ਜ਼ਿਆਦਾ ਵਧੀਆ ਹੁੰਦਾ ਵਾ, ਚਿੱਟੇ ਕੌਂਜ ਬੀਜਾਂ ਦੇ ਨਾਲੋਂ ਥੋੜ੍ਹੀ ਜਿਹੀ ਵੱਧ ਪਾਵਰ ਰੱਖਦੇ ਆ, ਇਸ ਲਈ ਥੋੜ੍ਹੇ ਜਿਹੇ ਰੇਅਰ ਆ। ਇਹਦਾ ਨਾਮ ਆ ਤੁਖਮ ਰੇਹਾਂ। ਇਹਨਾਂ ਦਵਾਈਆਂ ਦੇ ਕਈ ਕਈ ਨਾਂ ਹੈਗੇ ਆ ਅਲੱਗ ਅਲੱਗ ਭਾਸ਼ਾ ਦੇ ਵਿੱਚ। ਵੈਸੇ ਵੀ ਇੱਕ ਚੀਜ਼ ਦੇ ਕਈ ਕਈ ਨਾਂ ਹੈਗੇ ਆ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਵੀ। ਇਹ ਤਾਲ ਮਖਾਣਾ, ਇਹ ਦੇਖੋ ਤਾਲ ਮਖਾਣਾ। ਮੇਰਾ ਮਤਲਬ ਹੈ ਵੀ ਇਹ ਦਵਾਈਆਂ ਦੇਖੋ ਸਾਡੀਆਂ ਕਿੰਨੀਆਂ ਸਾਫ਼ ਹੈਗੀਆਂ ਵਾ, ਆ ਦਵਾਈਆਂ ਕਿੰਨੀਆਂ ਸਾਫ਼ ਆ। ਕੋਈ ਦਵਾਈ 'ਚ ਘੱਟਾ ਮਿੱਟੀ ਨਹੀਂ ਹੈਗਾ। ਬਹੁਤ ਉੱਚੀ ਕੁਆਲਿਟੀ ਦੀਆਂ ਦਵਾਈਆਂ, ਬਹੁਤ ਚੰਗੀ ਕੁਆਲਿਟੀ ਦੀਆਂ ਦਵਾਈਆਂ ਜਿਹੜੀਆਂ ਕਿ ਆਮ ਬੰਦੇ ਨੂੰ ਨਹੀਂ ਮਿਲ ਸਕਦੀਆਂ। ਇਹ ਬੀਜ ਬੰਦ, ਇਹ ਦੇਖੋ। ਬਾਕੀ ਇਹਨਾਂ ਦੇ ਕਈ ਹੋਰ ਵੀ ਨਾਮ ਹੈਗੇ ਆ, ਹੋ ਸਕਦਾ ਤੁਸੀਂ ਕਿਸੇ ਹੋਰ ਨਾਮ ਤੋਂ ਜਾਣਦੇ ਹੋਵੋ। ਇਹਨਾਂ ਦੇ ਹੋਰ ਵੀ ਕਈ ਕਈ ਨਾਂ ਹੈਗੇ ਆ, ਹੋ ਸਕਦਾ ਤੁਸੀਂ ਕਿਸੇ ਹੋਰ ਨਾਂ ਤੋਂ ਜਾਣਦੇ ਜੇ। ਇਹ ਲਾਜਵੰਤੀ, ਇਹ ਲਾਜਵੰਤੀ ਹੈ। ਇਹ ਜੀ ਇਮਲੀ ਬੀਜ, ਇਹ ਦੇਖੋ ਇਹ ਇਮਲੀ ਦੇ ਬੀਜ ਆ। ਇਹਦੇ ਜਦੋਂ ਗਿਰੀ ਕੱਢ ਕੇ ਪਾਈਦੀ ਆ, ਆ ਉੱਪਰਲੀ ਛਿੱਲ ਜਿਹੜੀ ਆ ਤੋੜ ਕੇ ਲਾ ਕੇ ਸੁੱਟ ਦੇਈਦੀ ਆ, ਤੇ ਇਹਦੇ ਵਿੱਚ ਗਿਰੀ ਹੁੰਦੀ ਆ ਉਹ ਪਾਈਦੀ ਆ ਜੀ। ਇਹਦੇ ਵਿੱਚ ਇਮਲੀ ਬੀਜ ਆ। ਹਾਂਜੀ, ਇਹ ਦੇਖੋ ਕਾਲੀ ਮੂਸਲੀ, ਮੇਨ ਗੱਲ ਮੇਰੇ ਮੂੰਹ ਆਪਣੇ ਆਪ ਹੀ ਫਿਰ ਵਾਰ ਵਾਰ ਨਿਕਲ ਜਾਂਦੀ ਹੈ ਵੀ ਦਵਾਈਆਂ ਸਾਫ਼ ਬੜੀਆਂ ਵਾ। ਕੋਈ ਵੀ ਦਵਾਈ ਕੋਈ ਵੀ ਚੈਲੇਂਜ ਨਹੀਂ ਕਰ ਸਕਦਾ ਵੀ ਦਵਾਈ ਕੋਈ ਖੋਟੀ ਆ, ਮਾੜੀ ਆ, ਕੋਈ ਮਾੜੀ ਕੁਆਲਿਟੀ ਦੀ ਆ। ਸਾਰੀਆਂ ਦਵਾਈਆਂ ਬਹੁਤ ਵਧੀਆ ਵਾ, ਰੀਜਨਲ ਹੈਗੀਆਂ ਵਾ, ਚੰਗੀ ਕੁਆਲਿਟੀ ਦੀਆਂ ਵਾ, ਫਿਰ ਸਾਫ਼ ਸੁਥਰੀਆਂ ਦਵਾਈਆਂ ਵਾ ਜਿਹੜੀਆਂ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਵਾ। ਇਹਨੂੰ ਕਹਿੰਦੇ ਆ ਜੀ ਬਮਨ ਲਾਲ। ਇਹ ਦੇਖੋ ਇਹ ਹੈਗਾ ਜੇ ਲਾਲ ਬਾਮਨ,
ਇਹ ਵੀ ਦੇਖੋ ਕਿੱਡਾ ਵਧੀਆ ਵਾ, ਬਾਮਨ ਲਾਲ, ਇਹ ਆ ਗਿਆ ਜੀ ਸਾਲਮ ਪੰਜਾ। ਇਹਦੀ ਮੈਂ ਪਹਿਲਾਂ ਵੀ ਪਹਿਚਾਣ ਕਰਾ ਚੁੱਕਾ ਵਾਂ, ਇਹ ਵਾ ਸਾਲਮ ਪੰਜਾ, ਬਹੁਤ ਅੱਛੀ ਕੁਆਲਿਟੀ ਦਾ। ਇਹ ਦੇਖੋ ਅਜਿਹੋ ਜਿਹਾ ਉੱਪਰੋਂ ਵਾ, ਉਹੋ ਜਿਹਾ ਵਿੱਚੋਂ ਆ, ਸਾਲਮ ਪੰਜਾ ਬਹੁਤ ਅੱਛਾ, ਬਹੁਤ ਵਧੀਆ ਕੁਆਲਿਟੀ ਦਾ ਸਾਲਮ ਪੰਜਾ। ਚਲੋ ਸਾਲਮ ਪੰਜੇ ਦੀਆਂ ਹੋਰ ਵੀ ਕਈ ਕੁਆਲਿਟੀਆਂ ਹੁੰਦੀਆਂ ਵਾ, ਵੈਸੇ ਇਹਦੇ ਇੱਕ ਇੱਕ ਦਵਾਈ ਦੀਆਂ ਕਈ ਕਈ ਇਹ ਕੁਆਲਿਟੀਆਂ ਵਾ। ਇਹ ਸਾਲਮ ਪੰਜਾ ਵੀ ਚੰਗੀ ਕੁਆਲਿਟੀ ਦਾ ਵਾ, ਇਸ ਤੋਂ ਉੱਪਰ ਵੀ ਕੁਆਲਿਟੀ ਹੁੰਦੀ ਆ, ਅਤੇ ਇਹ ਵੀ ਸਾਲਮ ਪੰਜਾ ਅੱਛੀ ਕੁਆਲਿਟੀ ਦਾ ਵਾ, ਮਤਲਬ ਕਿ ਓਰੀਜਨਲ ਸਾਲਮ ਪੰਜਾ ਵਾ। ਇਹ ਅਸਗੰਧ, ਇਹ ਦੇਖੋ ਅਸਗੰਧ, ਅਸਗੰਧ ਅੱਗੇ ਤੁਹਾਨੂੰ ਦਿਖਾਇਆ ਵਾ ਬਾਮਨ ਲਾਲ, ਹੁਣ ਸਫੈਦ ਬਾਮਨ ਵੀ ਦੇਖ ਲਓ, ਇਹ ਬਾਮਨ ਸਫੈਦ, ਇਹ ਦੇਖੋ ਇਹ ਸਿੰਘਾੜਾ, ਦਵਾਈਆਂ ਹੋਰ ਵੀ ਦਿਖਾਉਣੀਆਂ ਵਾ ਤੁਹਾਨੂੰ, ਮੇਰਾ ਇਰਾਦਾ ਆ ਵੀ ਤੁਹਾਨੂੰ ਨਾ ਥੋੜ੍ਹੀਆਂ ਥੋੜ੍ਹੀਆਂ ਦਿਖਾਉਣ ਡਏ ਹਾਂ, ਪਾ ਕੇ ਸਿਰਫ ਤੁਹਾਡੀ ਪਹਿਚਾਣ ਲਈ, ਪਹਿਚਾਣ ਕਰਾਉਣ ਲਈ ਹੀ ਡਏ ਹਾਂ ਦਿਖਾਉਣ ਤੁਹਾਨੂੰ, ਬਾਕੀ ਇੱਕ ਕਰੀ ਅਸੀਂ ਲਓ ਪਾ ਲਈਏ ਟੱਪ ਦੇ ਵਿੱਚ। ਬਾਕੀ ਵੀ ਲਿਆ ਦੇ ਜਿਹੜੀ ਹੋਰ ਪਈ, ਤੁਹਾਨੂੰ ਦਿਖਾਉਣ ਵਾਸਤੇ ਥੋੜ੍ਹੀਆਂ ਥੋੜ੍ਹੀਆਂ ਲਈਆਂ ਵਾਂ, ਥੋੜ੍ਹੀਆਂ ਥੋੜ੍ਹੀਆਂ ਲਈਆਂ ਵਾਂ ਜਾਣ ਪਹਿਚਾਣ ਕਰਾਉਣ ਲਈ, ਤੁਹਾਨੂੰ ਦਿਖਾਉਣ ਲਈ, ਅਤੇ ਸਾਡੇ ਕੋਲ ਤਾਂ ਬਹੁਤ ਜ਼ਿਆਦਾ ਮਕਦਾਦ ਵਿੱਚ ਪਈਆਂ ਵਾ ਇਹ, ਅਤੇ ਆਹ ਹੋਰ ਪਲੇਟਾਂ ਖਾਲੀ ਕਰਨੀਆਂ ਪੈਣੀਆਂ, ਤੁਹਾਨੂੰ ਹੋਰ ਪਾ ਕੇ ਦਿਖਾਉਣੇ ਆ। ਵੈਸੇ ਇਹ ਪੀਸੀ ਨੇ, ਇਹ ਦੇਖੋ ਕਿੱਡੀਆਂ ਸੋਹਣੀਆਂ ਦਵਾਈਆਂ ਸਾਫ ਨਿਕਲ ਡਈਆਂ, ਇਹ ਦੇਖੋ ਸ਼ਿਵਲਿੰਗੀ ਦੇ ਬੀਜ ਆਏ, ਮੈਂ ਸ਼ਿਵਲਿੰਗੀ ਹਰੀ ਵੀ ਦਿਖਾਈ ਆ ਤੁਹਾਨੂੰ, ਸ਼ਿਵਲਿੰਗੀ ਹਰੀ ਵੀ ਦਿਖਾਈ ਆ ਤੁਹਾਨੂੰ, ਓਰੀਜਨਲ ਆਪਣਾ ਜਿਹੜੀ ਆਪਣਾ ਵੱਲ ਹੁੰਦੀ ਆ ਅਤੇ ਉਹ ਦਿਖਾਈ ਆ, ਇਹ ਆ ਸ਼ਿਵਲਿੰਗੀ ਦੇ ਬੀਜ। ਆਹ ਸਾਰੀਆਂ ਅਸੀਂ ਤਿਆਰ ਕਰਨਾ ਨੁਸਖਾ, ਇਹ ਦਿਖਾ ਚੁੱਕੇ ਹਾਂ ਤੁਹਾਨੂੰ, ਪਾਵਰ ਹੀ ਆ ਵੀ ਮੂਸਲੀ ਸਿੰਬਲ ਆ ਚੁੱਕੇ ਹਾਂ, ਇਹ ਬੰਮ ਲਾਲ ਹੁਣੇ ਦਿਖਾਇਆ ਵਾ, ਆਹ ਦੇਖੋ ਅੱਗੇ ਨਾਲ ਦਾ ਬਾਕੀ, ਇਹ ਬੰਮ ਲਾਲ, ਇਹ ਦੇਖੋ ਇਹ ਬੰਮ ਲਾਲ, ਇਸ਼ਕਾਕਲ ਦੇਖੋ, ਬਾਕੀ ਇੱਕ ਇੱਕ ਦਵਾਈ ਦੇ ਹੋਰ ਵੀ ਕਈ ਕਈ ਨਾਂ ਹੁੰਦੇ ਆ। ਇਹ ਦੇਖੋ ਨੈਚੁਰਲੀ ਮੈਂ ਦੱਸ ਚੁੱਕਿਆ ਵਾਂ, ਇਹ ਆਪਣਾ ਸਾਬ ਮਿਸ਼ਰੀ ਅਸਗੰਧ, ਉਹ ਬਦਾਰੀ ਕੰਧ ਆ, ਕੌਂਜ ਬੀਜ ਆ, ਉਹ ਸਕੱਕਲ ਆ। ਮੇਰਾ ਮਕਸਦ ਸੀਗਾ ਵੀ ਤੁਹਾਨੂੰ ਜੜੀ ਬੂਟੀਆਂ ਦਿਖਾਉਣੀਆਂ ਅਤੇ ਜੜੀ ਬੂਟੀਆਂ ਦੀ ਜਾਣ ਪਹਿਚਾਣ ਕਰਾਉਣੀ, ਵੀ ਤੁਸੀਂ ਜੜੀ ਬੂਟੀਆਂ ਦੇਖੋ, ਜੜੀ ਬੂਟੀਆਂ ਦੀ ਪਹਿਚਾਣ ਕਰੋ, ਅਗਰ ਤੁਸੀਂ ਇਹ ਆਪੇ ਵੀ ਬਾਜ਼ਾਰੋਂ ਲੈਣੀਆਂ ਵਾਂ ਅਤੇ ਤੁਹਾਨੂੰ ਚੰਗੀ ਮਾੜੀ ਕੁਆਲਿਟੀ ਦੀ ਪਹਿਚਾਣ ਹੋਵੇ, ਅਤੇ ਇੱਕ ਤੁਹਾਨੂੰ ਦੱਸਣਾ ਵੀ ਅਸੀਂ ਨੁਸਖਿਆਂ ਦੇ ਵਿੱਚ ਜਿਹੜੀ ਵੀ ਕੋਈ ਦਵਾਈ ਇਸਤੇਮਾਲ ਕਰਦੇ ਹਾਂ, ਅਸੀਂ ਹੌਲੀ ਕੁਆਲਿਟੀ ਦੀ, ਮਾੜੀ ਕੁਆਲਿਟੀ ਦੀ ਕੋਈ ਦਵਾਈ ਨਹੀਂ ਵਰਤਦੇ, ਨਾ ਕੋਈ ਦਵਾਈ ਗੰਦੀ ਮੰਦੀ ਵਰਤਦੇ ਹਾਂ, ਚੰਗੀਆਂ ਦਵਾਈਆਂ ਲਈ ਦੀਆਂ ਵਾਂ, ਆਪ ਲੱਭੀ ਦੀਆਂ ਵਾਂ ਬਾਹਰੋਂ ਜੰਗਲ ਵੇਲਿਆਂ ਦੇ ਵਿੱਚੋਂ, ਅਤੇ ਜਿਹੜੀ ਕੋਈ ਮਾਰਕੀਟ ਦੇ ਵਿੱਚੋਂ ਲੈਣ ਵਾਲੀ ਵੀ ਆ, ਅਤੇ ਮਾਰਕੀਟ ਵਿੱਚੋਂ ਜਿਹੜੀ ਲੈਣੀ ਆ ਚੰਗੀ ਕੁਆਲਿਟੀ ਦੀ ਉਹ ਲਈ ਦੀ ਆ, ਸਾਡੀ ਇਹੋ ਹੀ ਕੋਸ਼ਿਸ਼ ਹੁੰਦੀ ਆ, ਇਸੇ ਲਈ ਆ ਦਿਖਾ ਕੇ ਅਸੀਂ ਸ਼ਰੇਆਮ ਦਿਖਾ ਰਹੇ ਹਾਂ, ਕੋਈ ਵੀ ਸਾਡੀ ਦਵਾਈ ਮਾੜੀ ਹੋਵੇ ਤਾਂ ਸਾਨੂੰ ਚੈਲੰਜ ਕਰ ਸਕਦਾ ਵਾ, ਇਹ ਸਾਡੀਆਂ ਜੜੀ ਬੂਟੀਆਂ ਵਾ ਜਿਹੜੀ ਅਸੀਂ ਦਵਾਈਆਂ ਦੇ ਵਿੱਚ ਪਾਉਂਦੇ ਹਾਂ।
मैं डॉक्टर तरसेम सिंह गोलन तरन तारन पंजाब तरन तारन साडा मेन आयुर्वैदिक जड़ी बूटियां दा हैड ऑफिस आ। हैड ऑफिस तो अलावा साडियां पंजाब दे विच चार ब्रांचां भी आ, सोमवार कोटकपुरा, मंगलवार मोगा, बुधवार जीरा ते वीरवार जगराओं। अगर किसी सज्जन ने सानू मिलना वा तो सानू जिहड़े मैं वार दस चुका वा इन्हां वारां दे उत्ते सानू टूरां ते भी मिल सकदा वा। इस तों अलावा पंजाब दे विच साडी होर कोई ब्रांच नहीं हैगी, जिहड़े वार मैं दस चुका वा इन्हां वारां ते ही इन्हां शहरां दे विच साडियां ब्रांचां खुलदियां वा जिहड़े वार तुहानू दस्से आ। इस तों अलावा हिमाचल प्रदेश संजौली शिमला सिक्स उत्थे भी असीं मिलदे आ। अगर किसी सज्जन ने सानू हिमाचल मिलना वा संजौली मिलना वा ते साडे नाल फोन ते राबता करके जां जदों मर्जी सानू शिमला संजौली मिल सकदा वा। ते इस तों अलावा बाहरले मुल्कां दे विच भी मेरे अपने भी टूर हुंदे आ, मैं आप भी जाना वा ते साडियां दवाइयां जड़ी बूटियां भी जांदियां वा। अगर किसी सज्जन नूं कोई दवाई चाहीदी आ, कोई नुस्खा चाहीदा वा जां कोई जड़ी बूटी कच्ची चाहीदी आ, असीं भेज सकदे आ। किसी भी सज्जन नूं कोई भी चीज़ चाहीदी आ साडे नाल संपर्क कर सकदा वा साडे नंबरां दे उत्ते। मैं डॉक्टर तरसेम सिंह गोलन तरन तारन पंजाब, वाहिगुरू जी का खालसा, वाहिगुरू जी की फतेह।